أعوذ بالله من الشيطان الرجيم. بسم الله الرحمن الرحيم. اے ایمان والو، یار نہ بناؤ میرے دشمناں تے اپنے دشمناں نو، پیغام بھیج دیو انہاں وال دوستی دے سبب، نالے انہاں نہیں منیا جو تانوں پہنچیا سچا دین، کڈ دیندے نے پیغمبر نو تے تانوں اس سبب، جے تسی مندے ہو اللہ نو جو رب ہے تہاڈا، جے تسی نکلے ہو لڑن واسطے میرے راہ وچ تے ٹونڈن واسطے میری رضا مندی، چوری سنہ کل دیو انہاں وال دوستی دے سبب، تے میں خوب جاننا جو چھپایا جے تے جو ظاہر کیتا جے، تے جڑا کرے گا اے کم تساں وچوں سو ضرور پلا سیدھے رہاں، او جے قابو پان تساں اتے تاں ہو جان دشمن تہاڈے تے دراز کرن تساں والا ہاتھ اپنے تے زباناں اپنی بریائی نال، تے دلوں چاہے کسے طرح تسی بھی بے ایمان ہو جاؤ، تے ہرگز نہ نفع دین گیاں تانوں ساکیداریاں تہاڈیاں تے نہ اولاد تہاڈی دن قیامت دے، خدا فیصلہ کرے گا تساں وچ تے اللہ ویکھدا جو کر دیو، ضرور ہے تساں دی چال چلنی سونی ابراہیم دی تے اودے نال دیاں دی، جد آکھیو نے اپنی قوم نوں ਅਸੀਂ ਅਲੱਗ ਹਾਂ ਤੁਸਾਂ ਤੋਂ ਅਤੇ ਉਸ ਤੋਂ ਜਿਸ ਨੂੰ ਪੂਜਦੇ ਹੋ ਸਵਾ ਅੱਲਾ ਦੇ, ਅਸੀਂ ਨਹੀਂ ਮੰਨਦੇ ਤੁਹਾਨੂੰ, ਅਤੇ ਜ਼ਾਹਿਰ ਹੋਈ ਸਾਡੇ ਅਤੇ ਤੁਹਾਡੇ ਵਿੱਚ ਦੁਸ਼ਮਣੀ ਅਤੇ ਵੈਰ ਹਮੇਸ਼ਾ ਦੇ ਹੀ, ਜਦ ਤੱਕ ਮੰਨੋ ਨਾ ਅੱਲਾ ਨੂੰ ਇਕੱਲਾ ਕਰਕੇ, ਪਰ ਆਖਣਾ ਇਬਰਾਹੀਮ ਦਾ ਆਪਣੇ ਪਿਓ ਨੂੰ, ਭਾਈ ਮੈਂ ਜ਼ਰੂਰ ਬਖਸ਼ਿਸ਼ ਮੰਗਾਂਗਾ ਤੇਰੇ ਲਈ ਅਤੇ ਮੈਂ ਮਾਲਕ ਨਹੀਂ ਤੇਰੇ ਭਲੇ ਨੂੰ ਅੱਲਾ ਦੇ ਹੱਥੋਂ ਕਿਸੇ ਚੀਜ਼ ਦਾ, ਸਾਡਿਆ ਰੱਬਾ ਤੇਰੇ ਹੀ ਉੱਤੇ ਅਸਾਂ ਭਰੋਸਾ ਕੀਤਾ ਅਤੇ ਤੇਰੇ ਹੀ ਵੱਲ ਅਸੀਂ ਪਹੁੰ ਆਏ ਅਤੇ ਤੇਰੇ ਹੀ ਵਾਲੇ ਮੁੜ ਆਉਣਾ, ਸਾਡਿਆ ਰੱਬਾ ਨਾ ਬਣਾ ਸਾਨੂੰ ਅਜ਼ਮਾਨ ਦਾ ਥਾਂ ਬੇਈਮਾਨਾਂ ਦਾ, ਅਤੇ ਬਖਸ਼ ਲੈ ਸਾਨੂੰ ਸਾਡਿਆ ਰੱਬਾ, ਜ਼ਰੂਰ ਤੂੰ ਹੀ ਹੈ ਜ਼ੋਰਾਵਰ ਹਿਕਮਤਾਂ ਵਾਲਾ, ਜ਼ਰੂਰ ਹੈ ਤੁਸਾਂ ਲਈ ਉਹਨਾਂ ਦੀ ਚਾਲ ਚੱਲਣੀ ਸੋਹਣੀ ਉਹਦੇ ਲਈ ਜਿਹੜਾ ਉਮੀਦ ਰੱਖਦਾ ਅੱਲਾ ਦੀ ਅਤੇ ਦਿਨ ਆਖਰਤ ਦੀ, ਅਤੇ ਜਿਹੜਾ ਮੂੰਹ ਮੋੜੇ ਤਾਂ ਜ਼ਰੂਰ ਅੱਲਾ ਉਹ ਹੀ ਬੇਪਰਵਾਹ ਸਲਾਹਿਆ ਹੋਇਆ, ਉਮੀਦ ਹੈ ਜੋ ਅੱਲਾ ਕਰਦੇ ਤੁਸਾਂ ਵਿੱਚ ਅਤੇ ਜਿਨ੍ਹਾਂ ਨਾਲ ਤੁਸਾਂ ਦੁਸ਼ਮਣੀ ਕੀਤੀ ਉਹਨਾਂ ਵਿੱਚ ਦੋਸਤੀ, ਅਤੇ ਅੱਲਾ ਕਰਨ ਜੋਗੇ ਅਤੇ ਅੱਲਾ ਬਖਸ਼ਣਹਾਰ ਮਿਹਰਬਾਨ ਹੈ, ਮਨਾ ਕਰਦਾ ਤੁਹਾਨੂੰ ਅੱਲਾ ਉਹਨਾਂ ਤੋਂ ਜਿਹੜੇ ਨਹੀਂ ਲੜੇ ਤੁਸਾਂ ਨਾਲ ਦੀਨ ਉੱਤੋਂ ਅਤੇ ਨਾ ਕੱਢੇ ਨੇ ਤੁਹਾਨੂੰ ਤੁਹਾਡੇ ਘਰਾਂ ਤੋਂ, ਜੋ ਨੇਕੀ ਕਰੋ ਉਹਨਾਂ ਨਾਲ ਅਤੇ ਇਨਸਾਫ਼ ਕਰੋ ਉਹਨਾਂ ਦੇ ਹੱਕ ਵਿੱਚ, ਅੱਲਾ ਨੂੰ ਜ਼ਰੂਰ ਪਿਆਰੇ ਲੱਗਦੇ ਨੇ ਇਨਸਾਫ਼ ਕਰਨ ਵਾਲੇ, ਮਨਾ ਕਰਦਾ ਤੁਹਾਨੂੰ ਅੱਲਾ ਨੇੜਾ ਉਹਨਾਂ ਤੋਂ ਜੋ ਨਾ ਪਿਆਰ ਪਾਓ ਉਹਨਾਂ ਨਾਲ ਜਿਹੜੇ ਲੜੇ ਨੇ ਤੁਸਾਂ ਨਾਲ ਦੀਨ ਉੱਤੋਂ ਅਤੇ ਕੱਢਿਆ ਨੇ ਤੁਹਾਨੂੰ ਤੁਹਾਡੇ ਘਰਾਂ ਵਿੱਚੋਂ ਅਤੇ ਮਦਦ ਦਿੱਤੀ ਨੇ ਇੱਕ ਦੂਜੇ ਨੂੰ ਤੁਹਾਡੇ ਕੱਢਣੇ ਉੱਤੇ, ਅਤੇ ਜਿਹੜਾ ਪਿਆਰ ਪਾਏਗਾ ਉਹਨਾਂ ਨਾਲ ਸੋ ਉਹ ਹੀ ਨੇ ਜ਼ਾਲਿਮ। ਐ ਈਮਾਨ ਵਾਲਿਓ, ਜਦ ਆਵਣ ਤੁਸਾਂ ਕੋਲ ਈਮਾਨ ਵਾਲੀਆਂ ਵਤਨ ਛੱਡ ਕੇ, ਤਦ ਅਜ਼ਮਾ ਲਓ ਉਹਨਾਂ ਦੇ ਮੋਮਨ ਹੋਣੇ ਨੂੰ, ਅੱਲਾ ਨੂੰ ਬਿਹਤਰ ਮਲੂਮ ਹੈ ਈਮਾਨ ਉਹਨਾਂ ਦਾ, ਫਿਰ ਜੇ ਮਲੂਮ ਕਰੋ ਉਹਨਾਂ ਨੂੰ ਈਮਾਨ ਵਾਲੀਆਂ, ਤਾਂ ਨਾ ਮੋੜ ਘੱਲੋ ਉਹਨਾਂ ਨੂੰ ਬੇਈਮਾਨਾਂ ਵੱਲ, ਨਾ ਉਹ ਔਰਤਾਂ ਹਲਾਲ ਨੇ ਉਹਨਾਂ ਮਰਦਾਂ ਨੂੰ ਅਤੇ ਨਾ ਉਹ ਮਰਦ ਹਲਾਲ ਨੇ ਉਹਨਾਂ ਔਰਤਾਂ ਨੂੰ, ਅਤੇ ਦੇ ਦਿਓ ਉਹਨਾਂ ਦੇ ਮਰਦਾਂ ਨੂੰ ਜੋ ਖਰਚ ਕੀਤਾ ਸਾਨੇ, ਅਤੇ ਨਹੀਂ ਕੁਝ ਗੁਨਾਹ ਤੁਹਾਡੇ ਸਿਰ, ਜੋ ਨਿਕਾਹ ਕਰ ਲਓ ਉਹਨਾਂ ਨੂੰ, ਜਦ ਦਿਓ ਉਹਨਾਂ ਨੂੰ ਮਾਰ ਉਹਨਾਂ ਦੇ, ਅਤੇ ਨਾ ਫੜ ਰੱਖੋ ਨਿਕਾਹ ਬੇਈਮਾਨਣੀਆਂ ਦੇ, ਅਤੇ ਮੰਗ ਲਓ ਜੋ ਖਰਚ ਕੀਤਾ ਜੇ, ਅਤੇ ਉਹ ਵੀ ਮੰਗ ਲੈਣ ਜੋ ਉਹਨਾਂ ਖਰਚ ਕੀਤਾ ਹੈ, ਇਹੋ ਜਿਹੇ ਹੁਕਮ ਅੱਲਾ ਦਾ ਹੁਕਮ ਕਰਦਾ ਤੁਸਾਂ ਵਿੱਚ, ਅਤੇ ਅੱਲਾ ਜਾਣਨ ਵਾਲਾ ਹਿਕਮਤਾਂ ਵਾਲਾ ਹੈ, ਜੇ ਤੁਹਾਡੇ ਹੱਥੋਂ ਨਿਕਲ ਜਾਏ ਕੋਈ ਤੁਹਾਡੀਆਂ ਬੀਵੀਆਂ ਵਿੱਚੋਂ ਬੇਈਮਾਨਾਂ ਵੱਲ, ਅਤੇ ਫਿਰ ਜੇ ਤੁਹਾਡੇ ਬਦਲਾ ਲੈਣ ਦੀ ਵਾਰੀ ਆਏ ਤਾਂ ਦਿਓ ਉਹਨਾਂ ਨੂੰ ਜਿਨ੍ਹਾਂ ਦੀਆਂ ਬੀਵੀਆਂ ਜਾਂਦੀਆਂ ਰਹੀਆਂ ਨੇ, ਜਿਤਨਾ ਉਹਨਾਂ ਖਰਚ ਕੀਤਾ ਸੀ, ਅਤੇ ਬਚਦੇ ਰਹੋ ਅੱਲਾ ਤੋਂ ਜੇ ਤੁਸੀਂ ਮੰਨਣ ਵਾਲੇ ਹੋ। ਐ ਹਬੀਬ, ਜਦ ਆਵਣ ਤੇਰੇ ਕੋਲ ਈਮਾਨ ਵਾਲੀਆਂ, ਇਕਰਾਰ ਕਰਦੀਆਂ ਤੇਰੇ ਨਾਲ ਇਸ ਸ਼ਰਤ ਉੱਤੇ, ਜੋ ਸ਼ਰੀਕ ਨਾ ਬਣਾਉਣਗੀਆਂ ਅੱਲਾ ਦਾ ਕਿਸੇ ਚੀਜ਼ ਨੂੰ, ਅਤੇ ਨਾ ਚੋਰੀ ਕਰਨਗੀਆਂ, ਅਤੇ ਨਾ ਬਦਕਾਰੀ ਕਰਨਗੀਆਂ, ਅਤੇ ਨਾ ਮਾਰਨਗੀਆਂ ਆਪਣੀ ਔਲਾਦ ਨੂੰ, ਅਤੇ ਨਾ ਬਣਾ ਲਿਆਵਣਗੀਆਂ ਤੁਮ ਅਤੇ ਝੂਠ ਜੋੜ ਕੇ ਵਿੱਚ ਆਪਣੇ ਹੱਥਾਂ ਦੇ ਅਤੇ ਆਪਣੇ ਪੈਰਾਂ ਦੇ, ਅਤੇ ਨਾ ਹੁਕਮ ਮੋੜਨਗੀਆਂ ਤੇਰਾ ਕਿਸੇ ਨੇਕ ਕੰਮ ਵਿੱਚ, ਤਾਂ ਬੈਤ ਕਰ ਲੈ ਉਹਨਾਂ ਨੂੰ, ਅਤੇ ਬਖਸ਼ਿਸ਼ ਮੰਗ ਉਹਨਾਂ ਲਈ ਅੱਲਾ ਤੋਂ, ਅੱਲਾ ਜ਼ਰੂਰ ਬਖਸ਼ਣਹਾਰ ਮਿਹਰਬਾਨ ਹੈ। ਈਮਾਨ ਵਾਲਿਓ, ਨਾ ਪਿਆਰ ਪਾਓ ਐਸੇ ਲੋਕਾਂ ਨਾਲ ਜਿਨ੍ਹਾਂ ਉੱਤੇ ਗੁੱਸੇ ਹੋਇਆ ਅੱਲਾ, ਉਹ ਆਸ ਤੋੜ ਬੈਠੇ ਨੇ ਆਖਰਤ ਤੋਂ, ਜਿਉਂ ਆਸ ਤੋੜ ਬੈਠੇ ਨੇ ਬੇਈਮਾਨ ਜਿਹੜੇ ਕਬਰਾਂ ਵਾਲੇ ਨੇ।